ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 30 ਜਨਵਰੀ 2012 ਨੂੰ ਹੋਣ ਜਾ ਰਹੀਆਂ ਨੇ ਜਿਸ ਵਿੱਚ 1.76 ਕਰੋੜ ਦੇ ਕਰੀਬ ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ ਇਹਨਾਂ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਪਿਛਲੇ 5 ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਅਤੇ ਮੌਜੂਦਾ ਸਿਆਸੀ ਤਸਵੀਰ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਮਾਨਸਾ ਜ਼ਿਲ੍ਹੇ ਨੂੰ ਮਹਾਨ ਸਿੱਖ ਵਿਦਵਾਨ ਭਾਈ ਗੁਰਦਾਸ ਨੇ ਵਸਾਇਆ ਸੀ ਜਿਹੜੇ ਇਸ ਜ਼ਿਲ੍ਹੇ ਦੇ ਪਿੰਡ ਢਿੰਗਰ 'ਚ ਵਿਆਹੇ ਹੋਏ ਸੀ ਇੱਥੇ ਉਹਨਾਂ ਦੀ ਸਮਾਧ ਉੱਤੇ ਹਰ ਸਾਲ ਮਾਰਚ ਅਤੇ ਅਪ੍ਰੈਲ ਵਿੱਚ ਮੇਲਾ ਲੱਗਦਾ ਹੈ ਜਿੱਥੇ ਲੋਕ ਲੱਡੂਆਂ ਅਤੇ ਗੁੜ ਦਾ ਪ੍ਰਸ਼ਾਦ ਵੰਡਦੇ ਨੇ ਮਾਨਸਾ ਪੁਰਾਣੇ ਸਮੇਂ ਫੁਲਕੀਆ ਸਿੱਖ ਮਿਸਲ ਦਾ ਹਿੱਸਾ ਸੀ ਜਿਹੜਾ ਉਦੋਂ ਕੈਥਲ ਰਿਆਸਤ ਦੇ ਹੇਠ ਆਉਂਦਾ ਸੀ ਪਹਿਲਾਂ ਇਹ ਬਠਿੰਡਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਪਰ 13 ਅਪ੍ਰੈਲ 1992 ਨੂੰ ਮਾਨਸਾ ਨੂੰ ਨਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਨਵੀਂ ਹੱਦਬੰਦੀ ਮੁਤਾਬਕ ਮਾਨਸਾ ਤਹਿਸੀਲ ਦੀ ਨਗਰ ਕੌਂਸਲ ਮਾਨਸਾ ਨਗਰ ਪੰਚਾਇਤ ਭੀਖੀ ਅਤੇ ਕਾਨੂੰਗੋ ਸਰਕਲ ਫਫੜੇ ਭਾਈਕੇ ਭੀਖੀ ਜੋਗਾ ਅਤੇ ਭੈਣੀ ਬਾਗਾ ਵਿਧਾਨ ਸਭਾ ਹਲਕਾ ਮਾਨਸਾ 'ਚ ਪੈਂਦੇ ਨੇ ਜਦਕਿ ਕਾਨੂੰਗੋ ਸਰਕਲ ਮਾਨਸਾ ਕਲਾਂ ਦੇ ਪਟਵਾਰ ਸਰਕਲ ਮਲਕਪੁਰ ਮਾਨਸਾ ਖੁਰਦ ਵੀ ਇਸੇ ਹਲਕੇ ਦਾ ਹਿੱਸਾ ਨੇ ਵਿਧਾਨ ਸਭਾ ਹਲਕਾ ਮਾਨਸਾ ਵਿੱਚ ਚੋਣ ਕਮਿਸ਼ਨ ਦੇ 2012 ਦੇ ਅੰਕੜਿਆਂ ਮੁਤਾਬਕ 1,81,362 ਵੋਟਰ ਨੇ ਜਿਨ੍ਹਾਂ ਵਿੱਚੋਂ 96,967 ਮਰਦ ਅਤੇ 84,395 ਔਰਤ ਵੋਟਰ ਨੇ ਵਿਧਾਨ ਸਭਾ ਹਲਕਾ ਮਾਨਸਾ ਦੇ ਪੁਰਾਣੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਇੱਥੋਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੇਰ ਸਿੰਘ ਗਾਗੋਵਾਲ 53,515 ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ ਜਦਕਿ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 50,766 ਵੋਟਾਂ ਹੀ ਪਈਆਂ ਸਨ ਲੋਕ ਸਭਾ ਹਲਕਾ ਬਠਿੰਡਾ ਤਹਿਤ ਪੈਂਦੇ ਹਲਕਾ ਮਾਨਸਾ ਵਿੱਚ ਵੀ ਕਾਂਗਰਸ ਦੀ ਚੜ੍ਹਤ ਬਰਕਰਾਰ ਰਹੀ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਵੇਂ ਕਾਂਗਰਸੀ ਉਮੀਦਵਾਰ ਰਣਿੰਦਰ ਸਿੰਘ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਤੋਂ ਹਾਰ ਗਏ ਪਰ ਮਾਨਸਾ ਹਲਕੇ ਵਿੱਚ ਉਨ੍ਹਾਂ ਨੂੰ 62,363 ਵੋਟਾਂ ਪਈਆਂ ਸਨ ਅਤੇ ਹਰਸਿਮਰਤ ਬਾਦਲ ਹਿੱਸੇ 61,157 ਵੋਟਾਂ ਆਈਆਂ ਸਨ ਨਵੀਂ ਹੱਦਬੰਦੀ ਤੋਂ ਬਾਅਦ ਮਾਨਸਾ ਹਲਕੇ ਦੇ ਸਿਆਸੀ ਸਮੀਕਰਨ ਵੀ ਕਾਫੀ ਬਦਲ ਗਏ ਹਲਕੇ ਦੇ ਮੌਜੂਦਾ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਦੀ ਕਾਰਗੁਜ਼ਾਰੀ ਨੂੰ ਲੋਕ ਕਿਵੇਂ ਦੇਖਦੇ ਨੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਹਲਕੇ 'ਚ ਪਿਛਲੇ 5 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਲੋਕਾਂ ਦਾ ਕੀ ਵਿਚਾਰ ਹੈ ਆਓ ਪਹਿਲਾਂ ਉਸ ਤੇ ਹੀ ਨਜ਼ਰ ਮਾਰ ਲੈਂਦੇ ਹਾਂ ਕੋਈ ਉਹਨਾਂ ਦੇ ਰੁਜ਼ਗਾਰ ਦੀ ਗੱਲ ਨਹੀਂ ਹੋ ਰਹੀ ਕੋਈ ਉਹਨਾਂ ਦੇ ਭਵਿੱਖ ਸਵਾਰਨ ਦੀ ਗੱਲ ਨਹੀਂ ਹੋਈ ਸਿਰਫ ਆਟਾ ਦਾਲ ਸਕੀਮ ਦੇ ਕੇ ਜੇ ਅਸੀਂ ਕਿਸੇ ਬੰਦੇ ਨੂੰ ਫੀਮ ਤੇ ਨਸ਼ਈ ਕਰ ਦਈਏ ਉਹਨੇ ਰਹਿ ਜਾਂਦਾ ਹੈ ਇਹਨਾਂ ਨੂੰ ਨਿਕੰਬੇ ਬਣਾਉਣ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਸਰਕਾਰ ਚਾਹੁੰਦੀ ਹੈ ਵੀ ਸਾਡੇ ਤੇ ਆਸਰਤ ਰਹਿਣ ਅਸੀਂ ਆਟਾ ਦਾਲ ਦੇ ਜਾਈਏ ਇਹ ਹੋਰ ਪਾਸੇ ਸੋਚਣ ਨਾ ਕੰਮ ਨਾ ਕਰਨ ਜੇ ਬੰਦੇ ਨੂੰ ਖਾਣ ਪੀਣ ਨੂੰ ਮਿਲੀ ਜਾਊ ਕੰਮ ਕੀ ਕਰੂ ਇਸ ਤਰ੍ਹਾਂ ਦੀਆਂ ਲੂੰਬੜ ਚਾਲਾਂ ਸਰਕਾਰ ਨੇ 5 ਸਾਲ ਸਾਡੇ ਨਾਲ ਕੀਤੀਆਂ ਨੇ ਨਾ ਤੁਹਾਡਾ ਬੱਸ ਸਟੈਂਡ ਠੀਕ ਹੈ ਨਾ ਸਾਡੀ ਲਿੰਕ ਰੋਡ ਠੀਕ ਹੈ ਨਾ ਹੀ ਕੋਈ ਬੱਸ ਜਿਹੜਾ ਬਰਨਾਲਾ ਮਾਰਦੇ ਸੜਕ ਕੋਈ ਅਫਸਰ ਨਹੀਂ ਕੰਮ ਕਰਦਾ ਨਾ ਹੀ ਉਹਦੇ ਕੋਈ ਡੀਟੀ ਟਿਕਟ ਟਰਾਂਸਪੋਰਟ ਵਾਸਤੇ ਜੀ ਕੋਈ ਡੀਟੀ ਟਿਕਟ ਦਾ ਰਜਿਸਟਰ ਕੋਈ ਚਾਰਜ ਹੁੰਦਾ ਫੇਰ ਖਰਾਬ ਹੋ ਜਾਂਦੇ ਕੋਈ ਸਰਦਾਰ ਇੰਤਜ਼ਾਮ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਅਫਸਰ ਚਾਹੀ ਕਰਨਾ ਜੀ ਉਹਦੇ ਕੋਈ ਲੀਡਰ ਜਿਹੜੇ ਕੋਈ ਚੰਗਾ ਸੁਣ ਰਹੇ ਨਹੀਂ ਦਿੰਦੇ ਆਪਣੇ ਪਿੰਡ ਦੇ ਵਿੱਚ ਜਿਹੜੀ ਅਕਾਲੀ ਸਰਕਾਰ ਆਈ ਸੀਗੀ ਜੀ ਉਹਨੇ ਨਾ ਤਾਂ ਗਰੀਬਾਂ ਨੂੰ ਪਿਲਸਣਾਂ ਪੂਰੀਆਂ ਵੰਡੀਆਂ ਗਈਆਂ ਜੀ ਨਾ ਸਗਲ ਸਕੀਮ ਪੂਰੀ ਵੰਡੀ ਗਈ ਹੈ ਜੀ ਇੱਕ ਨਰੇਗਾ ਦੀ ਸਕੀਮ ਸੀਗੀ ਜੀ ਉਹਦੇ ਵਿੱਚ 1,00,00,000 ਰੁਪਇਆ ਆਇਆ ਸੀਗਾ ਜੀ 2-3 ਕਰੋੜ ਰੁਪਏ ਮਸਾ ਇਹਨਾਂ ਨੇ ਵਾਪਸ ਵਾਗਿਆ ਮੁੜ ਗਿਆ ਜੀ ਉਹ ਤੇ ਹੋਰ ਸਾਰੇ ਆਪਣੇ ਲਾਈਟਾਂ ਲੂਟਾਂ ਦਾ ਬਿੱਲ ਬਿਜਲੀਆਂ ਦੇ ਵੱਧ ਜੀ ਸਾਰੇ ਘਪਲਾ ਹੋਇਆ ਗਰੀਬਾਂ ਨਾਲ ਬਹੁਤ ਧੱਕਾ ਹੋਇਆ ਜੀ ਗਹਾਂ ਵਾਲੀ ਸਰਕਾਰ ਤੋਂ ਤਾਂ ਇਹੀ ਮੰਗ ਕਰਦੇ ਹਾਂ ਜਿਨ੍ਹਾਂ ਦੇ ਘਰ ਕੱਚੇ ਨੇ ਉਹਨਾਂ ਦੇ ਪੱਕੇ ਹੋ ਜਾਣ ਤੇ ਗਲੀਆਂ ਨਾਲੀਆਂ ਵੀ ਪੱਕੀਆਂ ਹੋ ਜਾਣ ਤੇ ਲਾਈਟ ਨਹੀਂ ਆਉਂਦੀ ਸਮੱਸਿਆਵਾਂ ਬਹੁਤ ਆ ਨੇ ਕੋਈ ਵੀ ਸੜਕ ਬਣੀ ਕੋਈ ਧਿਆਨ ਨਹੀਂ ਦੇ ਰਿਹਾ ਜੀ ਟ੍ਰੈਫਿਕ ਬਹੁਤ ਜ਼ਿਆਦਾ ਕੋਈ ਰੂਲ ਨਹੀਂ ਹੈਗੇ ਜੀ ਜਿੱਧਰ ਕੋਈ ਜ਼ਿਆਦਾ ਨੰਗੀ ਜਾਂਦਾ ਜੀ ਕੋਈ ਮਾਰੀ ਜਾਂਦਾ ਕੋਈ ਵਿੱਚ ਵੱਜਦਾ ਕੁਛ ਕੋਈ ਵੀ ਸਰਕਾਰ ਕੁਛ ਨਹੀਂ ਕਰ ਰਹੀ ਠੀਕ ਹੈ ਨਾ ਸਾਡੇ ਪਿੰਡ 'ਚ ਕੋਈ ਐਰੋ ਪਲਾਂਟ ਆ ਜੀ ਨਾ ਸਾਰੇ ਪਿੰਡਾਂ 'ਚ ਐਰੋ ਪਲਾਂਟ ਦਿੱਤਾ ਸਾਡੇ ਪਿੰਡ 'ਚ ਕੋਈ ਐਰੋ ਪਲਾਂਟ ਨਹੀਂ ਦਿੱਤਾ ਜੀ ਅਤੇ ਹੁਣ ਸਰਕਾਰ ਵੋਟਾਂ ਮੰਗਣ ਲਈ ਹਰੇਕ ਥਾਂ 'ਤੇ ਆਈ ਜਾਂਦੀ ਹੈ ਜੀ ਦੇਖੋ ਹੁਣ ਵੋਟ ਦੀ ਹੱਕਦਾਰੀ ਕਹਿ ਕੇ ਪਾਵਾਂਗੇ ਜੀ ਕੋਈ ਵਿਕਾਸ ਨਹੀਂ ਕੋਈ ਸੜਕ ਨਹੀਂ ਬਣੀ ਇੰਨਾ ਬੁਰਾ ਹਾਲ ਹੈ ਰੇਤੇ ਮਿੱਟੀ ਦਾ ਬਹੁਤ ਬੁਰਾ ਹਾਲ ਹੈ ਅਤੇ ਜੋ ਕਿ ਅਸੀਂ ਲੰਘ ਵੀ ਨਹੀਂ ਸਕਦੇ ਕਿਤੇ ਜੇ ਬੱਸਾਂ 'ਤੇ ਚੜ੍ਹਦੇ ਜੇ 5 ਰੁਪਏ ਘੱਟ ਹੈ ਸਾਨੂੰ ਲਾ ਕੇ ਸਿੱਟਿਆ ਜਾਂਦਾ ਹੈਗਾ ਵੀ ਚਲੋ ਬਾਹਰ ਚਲੋ ਏਸੀ ਬੱਸਾਂ ਸਾਨੂੰ ਕੀ ਸ਼ੁਕਰ ਹੈ ਅਸੀਂ ਨਵੀਂ ਸਰਕਾਰ ਤੋਂ ਇਹ ਮੰਗ ਮੰਗਦੇ ਹਾਂ ਕਿ ਨਵੀਂ ਪੀੜ੍ਹੀ ਹੈ ਨਸ਼ੇ ਤੋਂ ਰਹਿਤ ਹੋ ਜਾਣ ਅਤੇ ਨਸ਼ੇ ਨੂੰ ਰੋਕਿਆ ਜਾਵੇ ਅਸੀਂ ਆਉਣ ਵਾਲੀ ਸਰਕਾਰ ਤੋਂ ਹੀ ਗੱਲ ਕਰ ਉਮੀਦ ਕਰਦੇ ਹਾਂ ਵੀ ਜਿਹੜੇ ਸਾਡੇ ਪਿੰਡ ਦੀਆਂ ਸਮੱਸਿਆਵਾਂ ਨੇ ਹਾਲਾਂਕਿ ਹਰ ਪਿੰਡ ਦੀਆਂ ਸਮੱਸਿਆਵਾਂ ਨੇ ਖਾਸ ਜਿਹੜਾ ਮਾਲਵੇ ਦਾ ਏਰੀਆ ਹੈਗਾ
ਜਿੱਥੇ ਕੈਂਸਰ ਦੀ ਖਾਸ ਕਰਕੇ ਸਮੱਸਿਆ ਆ ਰਹੀ ਹੈ, ਇੱਥੇ ਲੋਕਾਂ ਨੂੰ ਜਿੱਥੇ ਨਹੀਂ ਆਰ ਓ ਸਿਸਟਮ ਹੈਗਾ ਉੱਥੇ ਆਰ ਓ ਸਿਸਟਮ ਉਪਲਬਧ ਕਰਵਾਇਆ ਜਾਵੇ। ਇਹ ਅਕਾਲੀ ਸਰਕਾਰ ਨੇ 5 ਸਾਲ ਸ਼ਹਿਰ ਨੂੰ ਲੁੱਟਿਆ ਹੀ ਹੈਗਾ, ਚਾਰਾਂ ਪਾਸਿਆਂ ਤੋਂ ਲੁੱਟਿਆ ਹੈਗਾ। ਕੋਈ ਇੱਥੇ ਡਿਵੈਲਪਮੈਂਟ ਨਹੀਂ ਹੋਈ ਕਿਸੇ ਪ੍ਰਕਾਰ ਦੀ, ਕੋਈ ਕਿਸੇ ਪ੍ਰਕਾਰ ਦਾ ਇੱਥੇ ਕੋਈ ਕੰਮ ਨਹੀਂ ਕਰਵਾਇਆ ਅਕਾਲੀ ਸਰਕਾਰ ਨੇ। ਇਹ ਤਾਂ ਸਿਰਫ ਲਾਰੇ ਹੀ ਲਾ ਰਹੇ ਨੇ, ਲਾਰਾਂ ਤੋਂ ਬਗੈਰ ਕੁਛ ਨਹੀਂ ਕਰ ਰਹੇ। ਸਾਡੇ ਪਿੰਡ ਦੀ ਸਮੱਸਿਆ ਜਿਵੇਂ ਹੁਣ ਟੋਭੇ ਦਾ ਪਾਣੀ ਹੈਗਾ, ਮਤਲਬ ਕਿ ਬਹੁਤ ਹੀ ਇੱਥੇ ਗੰਦਗੀ ਦਾ ਭਰਿਆ ਹੋਇਆ, ਜਿਵੇਂ ਅਸੀਂ ਆਲੇ ਦੁਆਲੇ ਦੇ ਲੋਕ ਇੱਥੇ ਰਹਿੰਦੇ ਹਾਂਗੇ, ਸਾਨੂੰ ਬਹੁਤ ਹੀ ਸਮੱਸਿਆਵਾਂ ਪੈਦਾ ਹੁੰਦੀਆਂ ਨੇ। ਅਤੇ ਸਾਡੇ ਪਿੰਡ ਦੀਆਂ ਨਾ ਗਲੀਆਂ ਨਾੜੀਆਂ ਮਤਲਬ ਕਿ ਹੋ ਸਕਦਾ 60% ਕੱਚੀ ਨੇ। ਕਾਂਗਰਸ ਵੱਲੋਂ ਇਸ ਵਾਰ ਸ਼ੇਰ ਸਿੰਘ ਗਾਗੋਵਾਲ ਦੀ ਨੌਂ ਚਰਨਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਸਿਆਸਤ ਪੱਖੋਂ ਕੋਰੀ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਕੋਲ ਲੋਕਾਂ ਨੂੰ ਆਪਣੀਆਂ ਉਪਲਬਧੀਆਂ ਬਾਰੇ ਦੱਸਣ ਲਈ ਬਹੁਤਾ ਕੁਝ ਨਹੀਂ ਹੈ। ਉਹ ਆਪਣੇ ਸਹੁਰੇ ਗਾਗੋਵਾਲ ਦੇ ਨਾਂ 'ਤੇ ਚੋਣ ਲੜ ਰਹੇ ਨੇ ਅਤੇ ਉਹਨਾਂ ਦੀਆਂ ਹੀ ਉਪਲਬਧੀਆਂ ਗਿਣਵਾ ਰਹੇ ਨੇ। ਜ਼ਿਲ੍ਹੇ ਦਾ ਵਿਕਾਸ ਕਰਾਂਗੇ ਅਤੇ ਜੋ ਸਾਡੇ ਇਹਦੀ ਬੁਰਾਈਆਂ ਗੀਆਂ, ਜੋ ਸਾਡੇ ਨਸ਼ੇ ਭ੍ਰਿਸ਼ਟਾਚਾਰੀ ਪੂਰਨ ਹੱਤਾ, ਇਹਨਾਂ ਬੁਰਾਈਆਂ ਦਾ ਨਾਸ਼ ਕਰੂੰਗੀ ਅਤੇ ਇਹਨਾਂ ਦਾ ਵਿਰੋਧ ਕਰੂੰਗੀ ਅਤੇ ਵੱਧ ਤੋਂ ਵੱਧ ਇਹਨਾਂ ਨੂੰ ਇਹਨਾਂ ਹੱਲ ਕਰੂੰਗੀ। ਜੋ ਆਪਣੇ ਡਿਵੈਲਪਮੈਂਟ ਜੋ ਰਹਿ ਗਈ ਆ, ਜਿਵੇਂ ਸੜਕ ਨਾਲੀਆਂ, ਸਟਰੀਟ ਲਾਈਟਾਂ, ਸੜਕਾਂ, ਕੋਈ ਐਜੂਕੇਸ਼ਨ ਲਈ ਸਕੂਲ ਬਹੁਤ ਆਪਣੇ ਪਿੰਡਾਂ ਵਿੱਚ, ਖਾਸ ਕਰਕੇ ਪਿੰਡਾਂ ਵਿੱਚ ਖਾਸ ਕਰਕੇ ਨਹੀਂ ਆ, ਉਹਨਾਂ ਦੀ ਡਿਵੈਲਪਮੈਂਟ ਕਰੂੰਗੀ। ਮੇਰੇ ਫਾਦਰ ਇਨ ਲਾ ਇਸ ਹਲਕੇ 20 ਸਾਲ ਤੋਂ ਸੇਵਾ ਕਰ ਰਹੇ ਆ, ਇਸ 20 ਸਾਲ MLA ਰਹੇ ਆ ਅਤੇ ਮੈਂ ਉਹਨਾਂ ਨੇ ਇਸ ਮਾਨਸਾ ਜ਼ਿਲ੍ਹਾ ਬਣਾਇਆ, ਇੰਸਟੀਚਿਊਟ ਜੋ ਆਪਣੇ ਨਹਿਰੂ ਕਾਲਜ ਆ ਉਹਨੂੰ ਉਹਨਾਂ ਨਹਿਰੂ ਕਾਲਜ ਬਣਾਇਆ, ਓਵਰਬ੍ਰਿਜ ਅੰਡਰਬ੍ਰਿਜ ਜੋ ਇਹ ਬਹੁਤ ਇਹਨਾਂ ਡਿਵੈਲਪਮੈਂਟ ਕੀਤੀ ਹੈ ਮਾਨਸਾ। ਦੂਜੇ ਪਾਸੇ ਅਕਾਲੀ ਉਮੀਦਵਾਰ ਪ੍ਰੇਮ ਗੁਪਤਾ ਆਪਣੇ ਆਪ ਨੂੰ ਬੁਢਲਾਡਾ ਦੇ ਜੰਮਪਲ ਦੱਸ ਕੇ ਅਤੇ ਆਪਣੇ ਨਿੱਜੀ ਰਸੂਖ ਤੇ ਰਿਸ਼ਤੇਦਾਰੀਆਂ ਦੇ ਸਿਰ ਤੇ ਚੋਣ ਜਿੱਤਣ ਦਾ ਦਾਵਾ ਕਰਦੇ ਨੇ। ਉਹਨਾਂ ਕੋਲ ਵੀ ਇਸ ਹਲਕੇ 'ਚ ਆਪਣੀ ਕਾਰਗੁਜ਼ਾਰੀ ਬਾਰੇ ਦੱਸਣ ਲਈ ਕੁਝ ਖਾਸ ਨਹੀਂ ਹੈ। ਉਹ ਅਕਾਲੀ ਭਾਜਪਾ ਵੱਲੋਂ ਸੂਬੇ 'ਚ ਕੀਤੇ ਗਏ ਵਿਕਾਸ ਕਾਰਜਾਂ ਦੇ ਨਾਂ 'ਤੇ ਵੋਟਾਂ ਮੰਗ ਰਹੇ ਨੇ। ਯੋਜਨਾਵਾਂ ਦਾ ਜੀ ਮੇਰੇ ਮਨ 'ਚ ਬਹੁਤ ਨੇ, ਇਲਾਕੇ ਦੇ ਲਈ ਬਹੁਤ ਮੇਰਾ ਮਨ ਕਰਦਾ ਵੀ ਇਲਾਕੇ ਦਾ ਮੈਂ ਕੰਮ ਕਰਾਂ, ਪਰ ਤਕਰੀਬਨ ਇਹ ਮੈਂ ਕਹਿਣਾ ਵੀ 90% ਤੋਂ ਉੱਤੇ ਕੰਮ ਵੀ ਬਾਹਰ ਸਮਿਤ ਨੇ ਇਸ ਇਲਾਕੇ ਦੇ ਕਿਸੇ ਦਿਨਾਂ ਸਾਲਾਂ 'ਚ ਕਰਾਉਂਦੇ ਨੇ, ਬਹੁਤ ਸਾਰੇ ਕੰਮ ਪਾਈਪਲਾਈਨ 'ਚ ਨੇ। ਤਕਰੀਬਨ ਹੁਣ ਕੁਛ ਕੰਮ ਜਿਹੜੇ ਰੁਕੇ ਨੇ ਉਹ ਵਿਰੋਧੀਆਂ ਦੀ ਕੰਪਲੇਂਟ 'ਤੇ ਰੁਕੇ ਨੇ ਵੀ ਜੀ ਕੰਮ ਹੋ ਰਹੇ ਨੇ, ਇਹਨਾਂ ਦਾ ਸ਼੍ਰੋਮਣੀ ਕੰਮ ਬੈਨੀਫਿਟ ਹੋ ਰਿਹਾ, ਇਸ ਕਰਕੇ ਕੰਮ ਰੁਕੇ ਹੋਏ ਨੇ। ਕੋਈ ਨਵਾਂ ਕੰਮ ਜਿਹੜਾ ਮੈਨੂੰ ਨਗਰ ਵਾਸੀ ਜਾਂ ਸਾਡੇ MC ਜਾਂ ਪ੍ਰੈਜ਼ੀਡੈਂਟ ਸਾਹਿਬ ਜਾਂ ਹੋਰ ਸ਼ਹਿਰ ਦੇ ਪਤਵੰਤੇ ਕਹਿਣਗੇ, ਮੈਂ ਉਹਨਾਂ ਦੇ ਮੁਤਾਬਕ ਮੈਂ ਡਿਵੈਲਪਮੈਂਟ ਕਰਾ ਦੇਵਾਂ। ਇਲਾਕੇ ਦੀ ਜੀ ਗੱਲ ਹੈ ਵੀ ਕੋਈ ਮੇਜਰ ਮੁਸ਼ਕਲ ਤਾਂ ਹੈ ਨਹੀਂ, ਅਤੇ ਇਲਾਕੇ ਦੀ ਡਿਮਾਂਡ ਹੀ ਹੈ, ਜਿਵੇਂ ਮੈਂ ਪਿੰਡਾਂ 'ਚ ਗਿਆ, ਕਿਸੇ ਪਿੰਡਾਂ ਦੇ ਵਿੱਚ ਇਹ ਵੀ ਸਕੂਲ ਅਪਗ੍ਰੇਡ ਕਰਾ ਦਿਓ ਜੀ, ਕਿਸੇ ਪਿੰਡਾਂ ਦੇ ਵਿੱਚ ਇਹ ਹੈ ਵੀ ਸਾਡੇ ਪਿੰਡ ਦੇ ਵਿੱਚ ਜੀ ਕੋਈ ਨਵੀਂ ਥਾਈ ਬਣਵਾ ਦਿਓ, ਜਾਂ ਇਹੋ ਜਿਹੇ ਛੋਟੇ ਛੋਟੇ ਮਸਲੇ ਨੇ। ਉਹ ਬਾਦਲ ਸਾਹਿਬ ਨੇ ਬਹੁਤ ਵੱਡਾ ਸਰਕਾਰ ਦਾ ਫੈਸਲਾ ਹੀ ਹੈ ਕਿ ਬਹੁਤ ਵੱਡੀ ਡਿਵੈਲਪਮੈਂਟ ਕਰਾਉਣੀ ਹੈ। ਇਹ ਜੋ ਸਕੀਮ ਹੈ ਬਾਦਲ ਸਾਹਿਬ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਮੈਂ ਸਪੈਸ਼ਲ ਜੋ ਵੀ ਦਿੱਤਾ, ਉਹਦੇ ਵਿੱਚ ਸ਼ਹਿਰਾਂ ਵਾਸਤੇ ਬਹੁਤ ਸ਼ੋਰ ਰੱਖਿਆ, ਔਰ ਬੀਬਾ ਹਰਸਿਮਰਤ ਦਾ ਵੀ ਇਹ ਟੀਚਾ ਸਾਹਿਬ ਸੁਖਵੀਰ ਸਿੰਘ ਬਾਦਲ, ਮੈਂ ਤਾਂ ਉਹਨਾਂ ਨੂੰ ਨਵੇਂ ਪੰਜਾਬ ਦਾ ਨਿਰਮਾਤਾ ਕਹਿੰਦਾ, ਮੇਰੇ ਲੀਡਰ ਨੇ ਵੀ ਉਹ ਚਾਹੁੰਦੇ ਨੇ ਵੀ ਡਿਸਟ੍ਰਿਕਟ ਬਠਿੰਡਾ ਔਰ ਡਿਸਟ੍ਰਿਕਟ ਮਾਨਸਾ ਵਿੱਚ ਬਹੁਤ ਵੱਡੀ ਇੰਡਸਟਰੀ ਲੱਗੇ। ਮਾਨਸਾ ਹਲਕੇ 'ਚ ਅਕਾਲੀ ਦਲ ਮਾਨ ਦਾ ਵੀ ਅੱਛਾ ਖਾਸਾ ਆਧਾਰ ਹੈ। ਇੱਥੋਂ ਉਹਨਾਂ ਦੀ ਪਾਰਟੀ ਇੱਕ ਸਮੇਂ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਜਿੱਤ ਚੁੱਕੀ ਹੈ ਅਤੇ ਇਸ ਵਾਰ ਗੁਰਸੇਵਕ ਸਿੰਘ ਜਵਾਹਰਕੇ ਨੂੰ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ, ਜੋ ਪੰਥਕ ਵੋਟ ਬੈਂਕ ਨੂੰ ਤਕੜਾ ਖੋਰਾ ਲਾ ਸਕਦੇ ਨੇ। ਸਾਂਝੇ ਮੋਰਚੇ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਬੁਢਲਾਡਾ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਸਿਆਸਤ ਵਿੱਚ ਲਗਾਤਾਰ ਸਰਗਰਮ ਰਹੇ ਨੇ। ਮਾਨਸਾ ਨੂੰ ਜ਼ਿਲ੍ਹਾ ਬਣਿਆ 2 ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਪਰ ਇਹ ਹਲਕਾ ਵਿਕਾਸ ਪੱਖੋਂ ਅਜੇ ਕਾਫੀ ਪਛੜਿਆ ਹੋਇਆ। ਇਸ ਵਾਰ ਲੋਕਾਂ ਦਾ ਰੁਝਾਨ ਕਿਸੇ ਇੱਕ ਪਾਰਟੀ ਵੱਲ ਨਾ ਹੋਣ ਕਾਰਨ ਦੋਵਾਂ ਪ੍ਰਮੁੱਖ ਸਿਆਸੀ ਧਿਰਾਂ ਕਾਫੀ ਚਿੰਤਤ ਦਿਖਾਈ ਦੇ ਰਹੀਆਂ ਨੇ। ਡੇਰਾਵਾਦ ਅਤੇ ਜਾਤੀਵਾਦ ਕਾਰਨ ਹੋਣ ਵਾਲੀ ਵੋਟਿੰਗ ਦਾ ਇਸ ਹਲਕੇ ਉੱਤੇ ਕਾਫੀ ਅਸਰ ਰਿਹਾ ਅਤੇ ਹੁਣ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ 'ਤੇ ਸਭ ਦੀ ਨਜ਼ਰ ਰਹੇਗੀ।